ਮਾਮਲਾ ਜੁੜਿਆ ਫਰਜੀ ਵਾੜੇ ਦੇ ਨਾਲ ਫਰਜੀ ਵਾੜਾ ਕਿੱਥੇ ਕੀਤਾ ਗਿਆ ਕਿਵੇਂ ਕੀਤਾ ਗਿਆ ਢੰਗ ਕਿਹੜਾ ਲੱਭਿਆ ਗਿਆ ਢੰਗ ਸੀ ਜਾਲੀ ਐਨਓਸੀਜ਼ ਬਣਾ ਕੇ ਇੱਕੋ ਦਿਨ ਦੇ ਵਿੱਚ ਚਾਰ-ਚਾਰ ਰਜਿਸਟਰੀਆਂ ਹੋ ਗਈਆਂ ਤਾਂ ਨਤੀਜਾ ਇਹ ਨਿਕਲਿਆ ਕਿ ਮਾਰਚ ਮਹੀਨੇ ਦੇ ਵਿੱਚ ਹੀ 19 ਰਜਿਸਟਰੀਆਂ ਤਕਰੀਬਨ ਹੋਈਆਂ ਜਿਸ ਦੇ ਵਿੱਚ ਲੱਖਾਂ ਰੁਪਏ ਦਾ ਚੂਨਾ ਸਰਕਾਰੀ ਖਜ਼ਾਨੇ ਨੂੰ ਲਾਇਆ ਗਿਆ ਕਿਉਂਕਿ ਜਲ ਹੀ ਐਨਓਸੀ ਹੋਵੇਗੀ ਤਾਂ ਜਿਹੜੀ ਰਜਿਸਟਰੀ ਹੋਣੀ ਆ ਉਸ ਦੇ ਉੱਤੇ ਵੀ ਸ਼ੰਕੇ ਖੜੇ ਹੋਣਗੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਣਗੇ ਇਸੇ ਤਰ੍ਹਾਂ ਦੀ ਇੱਕ ਸ਼ਿਕਾਇਤ ਆਉਂਦੀ ਆ ਜਿਸ ਦੇ ਵਿੱਚ ਪਤਾ ਲੱਗਦਾ ਕਿ 19,97,000 ਤਕਰੀਬਨ ਤਕਰੀਬਨ 20 ਲੱਖ ਰੁਪਏ ਦਾ ਚੂਨਾ ਸਰਕਾਰੀ ਖਜ਼ਾਨੇ ਨੂੰ ਲੱਗ ਜਾਂਦਾ ਡੇਰਾਬਸੀ ਤਹਿਸੀਲ ਦੇ ਵਿੱਚ ਇਹ ਫੜੇ ਗਏ ਜਾਲੀ ਐਨਓਸੀਜ਼ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਬਾਰੇ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਇਸ ਦੇ ਵਿੱਚ ਹੁਣ ਤੱਕ ਦੋ ਨੂੰ ਹਿਰਾਸਤ ਵਿੱਚ ਲਿਆ ਗਿਆ ਪੁੱਛਗਛ ਵੀ ਹੋ ਰਹੀ ਹੈ ਕਿ ਉਹ ਦੱਸਣ ਕਿ ਜਾਲੀ ਐਨਓਸੀ ਤਿਆਰ ਕਿਸ ਵੱਲੋਂ ਕਰਾਈ ਗਈ ਕੀ ਪ੍ਰਾਪਰਟੀ ਜਾਇਦਾਦ ਵੇਚਣ ਵਾਲੇ ਵੱਲੋਂ ਕਰਾਈ ਗਈ ਜਾਂ ਕੋਈ ਹੋਰ ਵਿਚੋਲੀਆ ਸੀ ਹੋਰ ਕੋਈ ਦਲਾਲੀ ਕਰ ਰਿਹਾ ਸੀ ਇਸ ਮਾਮਲੇ ਦੇ ਵਿੱਚ ਇਹ ਸਾਰੀਆਂ ਪੜਾ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਡੇਰਾ ਬਸੀ ਤਹਿਸੀਲ ਦੇ ਵਿੱਚ ਹੀ ਇਹ ਮਾਮਲਾ ਸਾਹਮਣੇ ਆਇਆ ਔਰ ਪੂਰੇ ਪੰਜਾਬ ਪੱਦਰ ਦੀਆਂ ਤਹਿਸੀਲਾਂ ਦੇ ਵਿੱਚ ਕੀ ਕੁਝ ਹੁੰਦਾ ਹੋਵੇਗਾ ਇਹ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਇੱਕੋ ਐਨਓਸੀ ਨੰਬਰ ਦੇ ਨਾਲ ਫੇਰ ਕਰਵਾਈ ਗਈਆਂ ਜਿਹੜੀਆਂ ਦੋ ਵਾਰ ਵੱਖ-ਵੱਖ ਰਜਿਸਟਰੀਆਂ ਕਰਵਾਈਆਂ ਗਈਆਂ ਉਸ ਦੇ ਜਿਹੜੇ ਵਸੀਕਾ ਨੰਬਰ ਸੀ ਉਸ ਦੇ ਆਧਾਰ ਦੇ ਉੱਤੇ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਵਸੀਕਾ ਨੰਬਰ ਕਿਹੜਾ ਸੀ ਪਸੀਕਾ ਨੰਬਰ ਅਲੱਗ-ਅਲੱਗ ਸੀ ਪਰਜਾਲੀ ਐਨਓਸੀ ਜਿਹੜੀ ਆ ਉਹ ਇੱਕੋ ਵਰਤੀ ਗਈ ਉਸ ਵਿੱਚ ਤਾਂ ਇਸੇ ਤਰ੍ਹਾਂ ਵੱਖ-ਵੱਖ ਮਾਰਚ ਮਹੀਨੇ ਦੇ ਵਿੱਚ ਕਰਾਈਆਂ ਗਈਆਂ ਰਜਿਸਟਰੀਆਂ 'ਚ 20 ਲੱਖ ਰੁਪਏ ਦਾ ਤਕਰੀਬਨ ਸਰਕਾਰੀ ਘਾਟਾ ਪੈ ਗਿਆ ਇਸ ਮਸਲੇ ਦੇ ਵਿੱਚ ਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਬਣੀ ਹੋਈ ਹੈ ਲਗਾਤਾਰ ਕਾਰਵਾਈ ਕਰਨ ਦਾ ਦਾਵਾ ਕਰ ਰਹੀ ਹੈ ਐਸਆਈਟੀ ਵੱਲੋਂ 3 ਦਿਨਾਂ ਬਾਅਦ ਡੇਰਾਬੱਸੀ ਦੇ ਤਿੰਨ ਵਿਅਕਤੀਆਂ ਨੂੰ 120ਬੀ ਦੇ ਤਹਿਤ ਜਾਂਚ ਸ਼ਾਮਲ ਕੀਤਾ ਗਿਆ ਇਹਨਾਂ 'ਚੋਂ ਇੱਕ ਕਲੋਨਾਈਜ਼ਰ ਤੇ ਇੱਕ ਸਟਾਮ ਫਰੋਸ਼ਵਾਸੀ ਡੇਰਾਬੱਸੀ ਨੂੰ ਪੁਲਿਸ ਨੇ ਦੇਰ ਸ਼ਾਮ ਹਿਰਾਸਤ ਵਿੱਚ ਲਿਆ ਸੀ ਜਦ ਕਿ ਤੀਜੇ ਇੱਕ ਕਲੋਨਾਈਜ਼ਰ ਵਾਸੀ ਪਿੰਡ ਬਾਕਰਪੁਰ ਨੂੰ ਪੁਲਿਸ ਹਾਲ ਨੇ ਗ੍ਰਿਫਤਾਰ ਨਹੀਂ ਕੀਤਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੇਰਾਬੱਸੀ ਨਗਰ ਕੌਂਸਲ ਦੇ ਈਓ ਵਰਿੰਦਰ ਜੈਨ ਦੀ ਸ਼ਿਕਾਇਤ ਤੇ ਡੇਰਾਬੱਸੀ ਪੁਲਿਸ ਨੇ ਸਬੰਧੀ ਧਾਰਾ 420 ਅਤੇ 120ਬੀ ਦੇ ਤਹਿਤ ਅਣਪਛਾਤੇ ਵਿਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਔਰ ਰਾਤ 9 ਵਜੇ ਦੇ ਕਰੀਬ ਪੁਲਿਸ ਦੇ ਮਾਮਲੇ ਦੀ ਜਾਂਚ ਲਈ ਡੇਰਾਬੱਸੀ ਦੇ ਰਹਿਣ ਵਾਲੇ ਸਟਾਮ ਫਰੋਸ਼ ਤੇ ਡੇਰਾਬੱਸੀ ਦੇ ਰੌਣੀ ਮੁਹੱਲੇ ਦੇ ਰਹਿਣ ਵਾਲੇ ਇੱਕ ਕਲੋਨਾਈਜ਼ਰ ਨੂੰ ਹਿਰਾਸਤ ਚ ਲਿਆ ਗਿਆ ਐਸਪੀ ਡਾਕਟਰ ਦਰਪਣਾ ਲੂਵਾਲੀਆ ਨੇ ਸਿਰਫ ਇਨਾ ਹੀ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੁਣ ਇੱਕ ਐਨਓਸੀ ਦੇ ਜ਼ਰੀਏ ਕਿੰਨੀਆਂ ਰਜਿਸਟਰੀਆਂ ਕਰਾ ਲੈਣੀਆਂ ਔਰ ਵੱਖਰੇ ਵੱਖਰੇ ਵਸੀਕਾ ਨੰਬਰ ਦੇ ਆਧਾਰ ਦੇ ਉੱਤੇ ਇਹ ਕਪੜੇ ਬਾਜੀ ਕੀਤੀ ਗਈ ਆ ਮਾਮਲਾ ਸਾਹਮਣੇ ਆਇਆ ਪਹਿਲੀ ਜਾਂਚ ਵੀ ਤੱਤ ਸਾਹਮਣੇ ਆਏ ਕਿ ਜਾਲੀ ਐਨਓਸੀ ਨਾਲ ਇੱਕ ਦਿਨ ਦੋ ਦੋ ਰਜਿਸਟਰੀਆਂ ਹੋਈਆਂ ਉਸ ਨੂੰ ਵੇਖ ਕੇ ਸਰਕਾਰੀ ਤੰਤਰ ਤੇ ਹੈਰਾਨੀ ਹੁੰਦੀ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ ਹਾਲਾਂਕਿ ਇਸ ਮਹਿਕਮੇ ਦੇ ਅੰਦਰ ਜਿਹੜਾ ਰਜਿਸਟਰੀਆਂ ਦਾ ਕੰਮ ਚੱਲ ਰਿਹਾ ਸੀ ਤੋਂ ਲੈ ਕੇ ਉੱਤੋਂ ਤੱਕ ਜਿਹੜੇ ਅਫਸਰ ਨੇ ਚਾਹੇ ਉਹ ਤਹਿਸੀਲਦਾਰ ਦੇ ਤਹਿਸੀਲਦਾਰ ਹੋਣ ਨਾਇਬ ਤਹਿਸੀਲਦਾਰ ਹੋਣ ਜਾਂ ਇਥੋਂ ਤੱਕ ਕਿ ਜਿਹੜਾ ਵੀ ਇਸ ਦੇ ਵਿੱਚ ਜ਼ਿੰਮੇਵਾਰ ਅਧਿਕਾਰੀ ਨੇ ਮੁਲਾਜ਼ਮ ਨੇ ਉਹਨਾਂ ਸਾਰਿਆਂ ਦੀ ਜਵਾਬ ਤਲਬੀ ਬਣਦੀ ਹੈ ਕਿ ਅਧਿਕਾਰ ਰਜਿਸਟਰੀ ਕਲਰਕ ਤੋਂ ਸ਼ੁਰੂ ਹੋ ਕੇ ਫਿਰ ਰਜਿਸਟਰੀ ਚੈੱਕ ਕਰਨੀ ਥਾਂ ਵੇਚਣ ਥਾਂ ਖਰੀਦ ਵੇਚਣ ਖਰੀਦਣ ਤੇ ਵੇਚਣ ਦੀ ਫੋਟੋ ਤਹਿਸੀਲਦਾਰ ਕੋਲੋਂ ਪਾਸ ਹੋਣੀ ਫਿਰ ਹਰੇਕ ਕਾਗਜ਼ ਤੇ ਦਸਤਕਤ ਗਵਾਹਾਂ ਦੇ ਦਸਤਕਤ ਮੋਹਰ ਲੱਗਣ ਤੋਂ ਇਲਾਵਾ ਤਹਿਸੀਲਦਾਰ ਦੇ ਦਸਤਕਤ ਫੇਰ ਕੰਮ ਮੁਕੰਮਲ ਹੁੰਦਾ ਹੈ ਇੰਨੀ ਲੰਮੀ ਚੌੜੀ ਪ੍ਰਕਿਰਿਆ ਦੇ ਕਰਕੇ ਵੀ ਵਿੱਚੋਂ ਐਨਓਸੀ ਦਾ ਪਤਾ ਨਾ ਲੱਗਣਾ ਚੈੱਕ ਨਾ ਕਰਨਾ ਇਹ ਸ਼ੱਕ ਹੋਣਾ ਸਾਰੇ-ਸਾਰੇ ਮਹਿਕਮੇ ਦੇ ਉੱਤੇ ਸਵਾਲ ਖੜੇ ਕਰ ਰਿਹਾ ਹੈ ਇਹ ਵੀ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਇੰਨਾ ਵੱਡਾ ਫਰਜੀ ਵੜਾ ਅਫਸਰਾਂ ਦੀ ਨੱਕ ਹੇਠਾਂ ਚੱਲ ਰਿਹਾ ਉਸ ਵਿੱਚ ਕਿਸੇ ਨਾ ਕਿਸੇ ਮੁਲਾਜ਼ਮ ਦੀ ਮਿਲੀ ਭੁਗ ਜ਼ਰੂਰ ਹੋਵੇਗੀ ਐਵੇਂ ਕੋਈ ਹਿੰਮਤ ਨਹੀਂ ਕਰ ਸਕਦਾ ਜਿਸ ਹਾਊਸਿੰਗ ਪ੍ਰੋਜੈਕਟ ਦੇ ਬਿਲਡਰ ਸੰਕੜੇ ਲੋਕਾਂ ਨੂੰ ਚੂਨਾ ਲਗਾ ਆ ਵਿਦੇਸ਼ ਫਰਾਰ ਹੋ ਜਾਣ ਉੱਥੇ ਵੀ ਵੇਕੇ ਦਰਜਨਾ ਸ਼ੋਰੂਮ ਹੋਣ ਤੱਕ ਦੀ ਜਾਂਚ ਇੱਕ ਜੀਬੀਪੀ ਹਾਊਸਿੰਗ ਪ੍ਰੋਜੈਕਟ ਦੇ ਬਾਹਰ ਸ਼ੋਰੂਮ ਜਾਲੀ ਐਨਓਸੀ ਨਾਲ ਵੇਚਣ ਦਾ ਵੀ ਭਾਂਡਾ ਫੁੱਟਿਆ ਜਿਸ ਦੇ ਬਿਲਡਰ ਸੈਂਕੜੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਕੇ ਵਿਦੇਸ਼ ਭਰਾ ਹੋ ਚੁੱਕੇ ਨੇ ਬਰਵਾਲਾ ਸੜਕ ਤੇ ਸਥਿਤ ਜੀਬੀਪੀ ਹਾਊਸਿੰਗ ਪ੍ਰੋਜੈਕਟ ਦੇ ਬਿਲਡਰ ਭਰਾਵਾਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਦਰਜਨਾ ਮਾਮਲੇ ਦਰਜ ਨੇ ਰਿਕਾਰਡ ਬੋਲਦਾ ਉਸ ਪ੍ਰੋਜੈਕਟ ਦੇ ਬਾਹਰ ਸ਼ੋਰੂਮ ਜਾਲੀ ਐਨਓਸੀ ਦੇ ਰਾਹੀਂ ਵੇਚੇ ਜਾ ਚੁੱਕੇ ਨੇ ਇੰਨਾ ਹੀ ਨਹੀਂ ਕਿ ਇੱਕੋ ਦਿਨ ਚਾਰ ਸ਼ੋਰੂਮ ਇਸੇ ਤਰੀਕੇ ਨਾਲ ਵੇਚੇ ਗਏ ਸਨ ਉਨੇ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਡੇਰਾ ਬੱਸੀ ਤਹਿਸੀਲ ਤੇ ਆਲੇ-ਦੁਆਲੇ ਲੋਕਾਂ ਦੇ ਹਲਕਿਆਂ 'ਚ ਚਰਚਾ ਹੈ ਕਿ ਆਖਰਕਾਰ ਐਡਾ ਵੱਡਾ ਫਰਜੀ ਬਾੜਾ ਜਿਸ ਦੇ ਵਿੱਚ ਜਾਲੀ ਐਨਸੀ ਦੀ ਧਾਰ ਤੇ ਕਿੰਨੀਆਂ ਰਜਿਸਟਰੀਆਂ ਹੋ ਜਾਣ ਇਹ ਕਿੱਥੋਂ ਦੀ ਇਨਸਾਫੀ ਹੈ ਤਾਂ ਇਸ ਹੋਈ ਬੇਇਨਸਾਫੀ ਦੇ ਵੇ ਜਿਹੜਾ ਸ਼ਿਕਾਇਤ ਕਰਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜਿੰਨੇ ਵੀ ਇਸ ਵਿੱਚ ਮਿਲੀ ਭੁਗਤਾਂ ਜਿੰਨਾਂ ਦੀ ਉਹ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਉਹ ਤੱਕ ਕੋਈ ਚੈਨ ਨਾਲ ਨਹੀਂ ਬੈਠਣਗੇ ਤਾਂ ਲਗਾਤਾਰ ਇਸ ਮਾਮਲੇ ਦੇ ਉੱਤੇ ਸਾਡੀ ਵੀ ਨਜ਼ਰ ਬਣੀ ਹੋਈ ਹੈ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਬਣੇ ਰਹੋ ABC ਪੰਜਾਬ ਦੇ ਨਾਲ